ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੰਪਲੀ ਫੂਡ ਲਵਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਕੋਈ ਫੂਡ ਦੇ ਬਾਰੇ ਕੋਈ ਵੀਡੀਓ ਨਹੀਂ ਬਣਾ ਰਹੇ, ਅੱਜ ਕੋਈ ਡਿਫਰੈਂਟ ਜੀ ਵੀਡੀਓ ਹੈ, ਕਿਉਂਕਿ ਅੱਜ ਮੈਂ ਇਕੱਲੀ ਬਣਾ ਰਹੀ ਹਾਂ। ਆਪਾਂ ਬੇਟੀ ਦੇ ਘਰ ਸ਼ਾਮ ਨੂੰ ਅੱਜ ਜਾ ਰਹੇ ਹਾਂ, ਅਤੇ ਉਹਦੇ ਵਾਸਤੇ ਉਹਨੇ ਮੈਨੂੰ ਕਿਹਾ ਸੀ ਵੀ ਮੰਮੀ ਤੁਸੀਂ ਜਿਹੜਾ ਹੈਗਾ ਗਿਫਟ ਵਗੈਰਾ ਸੂਟ ਵਗੈਰਾ ਨਾ ਲੈ ਕੇ ਆਈਓ, ਮੈਨੂੰ ਘਰ ਦੀ ਕੋਈ ਚੀਜ਼ ਜਿਹੜੀ ਹੈਗੀ ਰਸੋਈ 'ਚ ਯੂਜ਼ ਕਰਨ ਵਾਲੀ ਉਹ ਦੇ ਦਿਓ। ਉਹਦੇ ਲਈ ਮੈਂ ਤੁਹਾਨੂੰ ਦਿਖਾ ਰਹੀ ਹਾਂ ਹੈਮਿਲਟਨ ਬੀਚ ਏਅਰ ਫਰਾਇਰ ਆ, ਇਹ ਮੈਂ ਉਹਦੇ ਵਾਸਤੇ ਲਿਆ ਹੈਗਾ। ਇਹਦੇ ਵਿੱਚ ਵੀ ਹੁੰਦਾ ਹੈਗਾ, ਨਾ ਆਪਾਂ ਓਇਲ ਵੀ ਨਹੀਂ ਪਾਉਣਾ, ਬਿਨਾਂ ਓਇਲ ਤੋਂ ਐਨੀਥਿੰਗ ਜਿੱਦਾਂ ਸਬਜ਼ੀਆਂ ਵਗੈਰਾ ਬੇਕ ਕਰ ਸਕਦੇ ਹੈਗੇ ਹਾਂ, ਅਤੇ ਕੋਈ ਬਹੁਤਾ ਟਾਈਮ ਵੀ ਨਹੀਂ ਲੱਗਦਾ, ਨਾ ਇਹਦੇ ਵਿੱਚ ਓਇਲ ਲੱਗਦਾ, ਅਤੇ ਹੈਲਦੀ ਫੂਡ ਇਹਦੇ ਵਿੱਚ ਬਣਦਾ ਹੈਗਾ ਹੈ ਤੁਹਾਡੀ ਸਿਹਤ ਨੂੰ ਦੇਖਦੇ ਹੋਏ। ਜਿੱਦਾਂ ਆਪਣੀਆਂ ਮਤਲਬ ਕਿ ਉਹਦੇ ਵਾਸਤੇ ਚੀਜ਼ ਜਿਹੜੀ ਆ ਮੈਨੂੰ ਜਦੋਂ ਮੈਂ ਸਟੋਰ ਗਈ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਹੈਗਾ। ਅਤੇ ਦੂਸਰਾ ਜਿਹੜਾ ਹੈਗਾ ਆ ਮੈਂ ਗਿਫਟ ਲਿਆ ਹੈਗਾ ਆ ਐਲਈਡੀ ਇਹ ਚੀਜ਼ ਲਈ। ਇਹ ਉਹ ਕਹਿੰਦੀ ਸੀ ਮੰਮੀ ਮੈਂ ਆਪਣੀ ਕਿਚਨ ਦੇ ਵਿੱਚ ਉੱਪਰ ਮਤਲਬ ਕਿ ਲਾਈਟ ਐਲਈਡੀ ਲਾਈਟਸ ਹੈਗੀਆਂ ਇਹਦੇ ਵਿੱਚ, ਅਤੇ ਉਹ ਮੈਨੂੰ ਚੰਗੀਆਂ ਲੱਗਦੀਆਂ ਹੈਗੀਆਂ ਕਿਉਂਕਿ ਸਾਡੇ ਇੱਧਰ ਵੀ ਘਰ ਲੱਗੀਆਂ ਹੋਈਆਂ। ਇੱਕ ਮੈਂ ਉਹਦੇ ਵਾਸਤੇ ਇਹ ਚੀਜ਼ ਲਈ ਆ। ਨੰਬਰ 3 ਹੈਗਾ ਆ ਰੇਨ ਡਾਂਸ ਸਪੀਕਰ। ਇਹ ਸਪੀਕਰ ਹੈਗੇ ਰੇਨ ਡਾਂਸ, ਇਹਦਾ ਮੀਨਿੰਗ ਹੀ ਆ ਵੀ ਜਿੱਦਾਂ ਇਹਦੇ ਵਿੱਚ ਸਪੀਕਰਾਂ ਦੇ ਵਿੱਚ ਆਟੋਮੈਟਿਕਲੀ ਪਾਣੀ ਹੁੰਦਾ ਜਦੋਂ ਆਪਾਂ ਕੋਈ ਸੌਂਗਸ ਵਗੈਰਾ ਜਾਂ ਸ਼ਬਦ ਵਗੈਰਾ ਕੋਈ ਵੀ ਚੀਜ਼ ਲਗਾਉਂਦੇ ਹਾਂ, ਅਤੇ ਉਹ ਜਿਹੜਾ ਪਾਣੀ ਜਿੱਦਾਂ ਆਵਾਜ਼ ਦੇ ਨਾਲ ਉੱਚਾ ਨੀਵਾਂ ਮਤਲਬ ਉਸੇ ਡਾਇਰੈਕਸ਼ਨ 'ਚ ਜਾਂਦਾ ਹੈਗਾ, ਅਤੇ ਉਹਨੂੰ ਵੀ ਇਹ ਬੜਾ ਪਸੰਦ ਆਇਆ ਹੈਗਾ। ਅਤੇ ਕਹਿੰਦੀ ਤੁਸੀਂ ਇਹ ਚੀਜ਼ਾਂ ਨਾ ਮੇਰੇ ਵਾਸਤੇ ਤੁਸੀਂ ਗਿਫਟ ਲੈ ਜਿਓ, ਮੈਨੂੰ ਸੂਟ ਨਹੀਂ ਚਾਹੀਦੇ ਹੈਗੇ ਅਤੇ ਮੈਨੂੰ ਇਹ ਚੀਜ਼ਾਂ ਘਰ ਦੀ ਡੈਕੋਰੇਸ਼ਨ ਵਾਸਤੇ ਮੈਨੂੰ ਚਾਹੀਦੀਆਂ। ਅਤੇ ਦੂਜਾ ਉਹ ਮਠਿਆਈ ਵੀ ਨਹੀਂ ਪਸੰਦ ਕਰਦੀ, ਅਤੇ ਉਹਦੇ ਵਾਸਤੇ ਮੈਂ ਇਹ ਲਏ ਹੈਗੇ ਨੇ ਮਿਕਸ ਨਟ ਲਏ ਨੇ, ਕਿਉਂਕਿ ਹਮੇਸ਼ਾ ਉਹੀ ਹਰ ਚੀਜ਼ ਦੀ ਪੈਕਿੰਗ ਕਰਦੀ ਸੀ, ਕਿਉਂਕਿ ਬੱਚਿਆਂ ਦੇ ਕੰਮ ਆ ਗਿਫਟ ਨੂੰ ਰੈਪ ਕਰਨਾ, ਉੱਦਾਂ ਮੈਨੂੰ ਚੰਗਾ ਨਹੀਂ ਲੱਗਦਾ ਵੀ ਆਪਾਂ ਜੇ ਇੱਦਾਂ ਲੈ ਜਾਈਏ ਤਾਂ ਮੈਨੂੰ ਮੈਂ ਹੀ ਨਹੀਂ ਚੰਗਾ ਸਮਝਦੀ, ਕਿਉਂਕਿ ਜਦੋਂ ਆਪਾਂ ਰੈਪਰ ਦੇ ਵਿੱਚੋਂ ਖੋਲ੍ਹਦੇ ਹਾਂ ਚੀਜ਼ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਚੀਜ਼ ਆ ਉਹਦੀ ਜ਼ਿਆਦਾ ਮਤਲਬ ਕਿ ਆਪਾਂ ਨੂੰ ਹੁੰਦਾ ਹੈਗਾ ਵੀ ਉਹਦੇ 'ਚ ਦੇਖੀਏ ਫਟਾਫਟ ਕੀ ਚੀਜ਼ ਆ, ਅਤੇ ਜੇ ਓਪਨ ਹੋਏ ਤਾਂ ਪਤਾ ਲੱਗ ਜਾਂਦਾ ਹੈਗਾ ਵੀ ਆਹ ਚੀਜ਼ ਲੈ ਕੇ ਆਏ, ਤਾਂ ਮੈਂ ਕਿਹਾ ਤੁਸੀਂ ਵੀ ਰੈਪ ਕਰਕੇ ਲੈ ਕੇ ਆਇਓ। ਅਤੇ ਹੁਣ ਆਪਾਂ ਜਿਹੜੇ ਹੈਗੇ ਆ ਟਰਾਈ ਕਰਦੀ ਹਾਂ, ਮੈਂ ਰੈਪ ਤਾਂ ਉਹੀ ਕਰਦੀ ਹੁੰਦੀ ਸੀ ਅੱਗੇ ਪਹਿਲਾਂ, ਅਤੇ ਮੈਂ ਹੁਣ ਟਰਾਈ ਕਰਦੀ ਹਾਂ, ਚਲੋ ਮੈਂ ਜਿੰਨਾ ਕੁ ਕਰ ਸਕਦੀ ਹਾਂ ਮੈਂ ਰੈਪਿੰਗ ਪੇਪਰ ਦੇ ਨਾਲ ਰੈਪ ਕਰਨਾ। ਇਹ ਰੈਪਿੰਗ ਪੇਪਰ ਮੈਂ ਜਿਹੜਾ ਹੈਗਾ ਕਾਫੀ ਜ਼ਿਆਦਾ ਮਤਲਬ ਕਿ 5000 ਸਕੇਅਰ ਫੀਟ ਆ ਮੇਰੀ ਇਕੱਠਾ ਲਈਦਾ ਹੈਗਾ ਤਾਂ ਕਿ ਵਾਰ ਵਾਰ ਨਾ ਜਾਣਾ ਪਵੇ, ਅਤੇ ਜਿੱਥੇ ਵੀ ਕਿਸੇ ਦੇ ਘਰ ਜਾਣਾ ਅਤੇ ਗਿਫਟ ਵਗੈਰਾ ਦੇਣਾ ਅਤੇ ਇਹਦੇ ਨਾਲ ਵੀ ਆਪਾਂ ਰੈਪ ਕਰਕੇ ਦੇ ਦੇਈਦਾ ਹੈਗਾ। ਅਤੇ ਚਲੋ ਮੈਂ ਆਪਾਂ ਸ਼ੁਰੂ ਕਰਦੇ ਹਾਂ ਕਿੱਦਾਂ ਮੈਂ ਰੈਪਿੰਗ ਕਰਨੀ ਆ, ਦੇਖੋ ਹੋਪਫੁਲੀ ਆਪਣੇ ਵੱਲੋਂ ਤਾਂ ਮੈਂ ਬੈਸਟ ਕਰੂੰਗੀ, ਅਤੇ ਬਾਕੀ ਤੁਸੀਂ ਦੱਸਿਓ ਸਾਰਾ। ਪੈਕਿੰਗ ਮੈਂ ਕਰ ਦਿੱਤੀ ਹੈਗੀ ਆ, ਹੁਣ ਦੇਖ ਕੇ ਦੱਸਿਓ ਕਿ ਪੈਕਿੰਗ ਕਿੱਦਾਂ ਹੋਈ ਆ, ਕੀਤੀ ਤਾਂ ਮੈਂ ਪਹਿਲੀ ਵਾਰੀ ਹੈਗੀ ਆ, ਅਤੇ ਬਾਕੀ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ ਆ, ਅਤੇ ਇਹਨੂੰ ਹੁਣ ਫਿਰ ਮੈਂ ਗਿਫਟ ਪੈਕ ਵਾਲੇ ਰਿਫਾਫੇ ਦੇ ਵਿੱਚ ਪੈਕ ਕਰ ਲਵਾਂਗੀ। ਇਹ ਉਹਦੇ ਜਿਹੜੇ ਹੈਗੇ ਸੀਗੇ ਲਾਈਟਸ ਐਲਈਡੀ ਲਾਈਟਸ, ਔਰ ਇਹ ਡੱਬਾ ਜਿਹੜਾ ਕਾਫੀ ਵੱਡਾ ਹੈਗਾ ਆ ਏਅਰ ਫਰਾਇਰ ਦਾ, ਅਤੇ ਇਹਦੇ ਵਾਸਤੇ ਮੈਂ ਕੋਈ ਵੱਡਾ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਆ ਗਿਫਟ ਪੈਕ ਵਾਲਾ ਲਿਫਾਫਾ ਦੇਖ ਲਈ ਜਿਹਨਾਂ ਨੂੰ ਮਿਲ ਜਾਵੇ, ਅਤੇ ਉਹਦੇ ਵਿੱਚ ਆਪਾਂ ਇਹ ਪੈਕ ਕਰ ਲਵਾਂਗੇ। ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਆ ਡਰਾਈ ਫਰੂਟ, ਇਹਨੂੰ ਮੈਂ ਪੈਕ ਨਹੀਂ ਕਰਨਾ ਕਿਉਂਕਿ ਔਲਰੇਡੀ ਇਹ ਡੱਬਾ ਇਸੇ ਤਰ੍ਹਾਂ ਮੈਂ ਸਟੋਰ ਤੋਂ ਲੈ ਕੇ ਆਈ ਹਾਂ, ਅਤੇ ਨਾ ਹੀ ਮੈਂ ਮਠਿਆਈ ਦਾ ਡੱਬਾ ਪੈਕ ਕਰਨਾ, ਇਹਨੂੰ ਵੈਸੇ ਹੀ ਪੋਲੀਥੀਨ ਦੇ ਬੈਗ 'ਚ ਜਿੱਦਾਂ ਆਪਾਂ ਨੇ ਉਹਦੇ 'ਚ ਪਾ ਲੈਣਾ। ਅਤੇ ਬਾਕੀ ਜਦੋਂ ਆਪਾਂ ਬੇਟੀ ਦੇ ਘਰ ਜਾਵਾਂਗੇ ਉਹ ਤੁਹਾਨੂੰ ਆਪਣੇ ਸਾਰੇ ਜਿਹੜੇ ਗਿਫਟ ਹੈਗੇ ਉਹ ਖੋਲ੍ਹ ਕੇ ਦਿਖਾਏਗੀ, ਅਤੇ ਤੁਸੀਂ ਵੀ ਦੱਸਿਓ ਕਿ ਕਿਸ ਤਰ੍ਹਾਂ ਦੀ ਮੰਮੀ ਨੇ ਪੈਕਿੰਗ ਕੀਤੀ ਹੈਗੀ ਆ ਉਹ ਵੀ ਤੁਹਾਨੂੰ ਦੱਸੇਗੀ। ਅਤੇ ਮੇਰੀ ਜਿਹੜੀ ਇਸ ਵੀਡੀਓ ਨੂੰ ਤੁਸੀਂ ਲਾਈਕ ਕਰੀਓ, ਸ਼ੇਅਰ ਕਰੀਓ, ਅਤੇ ਸਬਸਕ੍ਰਾਈਬ ਕਰੀਓ, ਅਤੇ ਨੋਟੀਫਿਕੇਸ਼ਨ ਦਾ ਬਟਨ ਜਿਹੜਾ ਔਨ ਕਰੀਓ ਤਾਂ ਕਿ ਹੋਰ ਵੀ ਨਵੀਆਂ ਨਵੀਆਂ ਵੀਡੀਓ ਜਿਹੜੀਆਂ ਹੈਗੀਆਂ ਹਰ ਤਰ੍ਹਾਂ ਦੀਆਂ ਤੁਹਾਨੂੰ ਜਿਹੜੀਆਂ ਪਾਓ, ਅਤੇ ਤੁਸੀਂ ਉੱਥੇ ਕਮੈਂਟ ਵੀ ਜ਼ਰੂਰ ਕਰੀਓ, ਅਤੇ ਜਿੱਦਾਂ ਕਿਸ ਤਰ੍ਹਾਂ ਵੀ ਤੁਹਾਨੂੰ ਵੀਡੀਓ ਲੱਗੀ ਹੈ ਤਾਂ ਜ਼ਰੂਰ ਕਮੈਂਟ ਕਰੋ, ਕਿਉਂਕਿ ਫਸਟ ਟਾਈਮ ਜਿਹੜੀ ਮੈਂ ਰੈਪਿੰਗ ਕਰ ਰਹੀ ਹਾਂ,
ਇਹਦੇ ਬਾਰੇ ਆਪਣੀ ਆਂਟੀ ਨੂੰ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦੀ ਆਂਟੀ। ਓਕੇ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਾਏ ਬਾਏ, ਖੁਸ਼ ਰਹੋ, ਨਮਸਤੇ, ਸਤਿ ਸ਼੍ਰੀ ਅਕਾਲ, ਕੱਲ੍ਹ ਖੁਸ਼ ਰਹੋ ਆਪਣੇ ਆਪਣੇ ਘਰ ਦੇ ਵਿੱਚ। ਅਤੇ ਚਲੋ ਹੁਣ ਜੀ ਆਪਾਂ ਤਿਆਰ ਹੁੰਦੇ ਹਾਂ ਅਤੇ ਆਪਾਂ ਬੇਟੀ ਦੇ ਘਰ ਜਾਂਦੇ ਹਾਂ। ਘਰ ਨੂੰ ਜਾ ਰਹੇ ਹਾਂ, ਸਾਰਾ ਸਮਾਨ ਆਪਾਂ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗੇ ਸਾਰਾ ਆਪਾਂ ਰੈਪ ਕਰਕੇ ਪੈਕ ਕਰ ਲਿਆ ਹੋਇਆ ਅਤੇ ਹੁਣ ਆਪਾਂ ਜਿਹੜੇ ਬੇਟੀ ਦੇ ਘਰ ਵਾਸਤੇ ਨਿਕਲਣ ਨਹੀਂ ਲੱਗਿਆ। ਉਹਦਾ ਘਰ ਬਹੁਤੀ ਦੂਰ ਨਹੀਂ ਹੈਗੀ ਬੇਟਾ, ਹੁਣ ਪਾਸਾ ਆਪਾਂ ਸਾਰਾ ਸਮਾਨ ਗੱਡੀ ਦੇ ਵਿੱਚ ਰੱਖਣਾ। ਲਓ ਜੀ, ਸਾਰਾ ਸਮਾਨ ਆਪਾਂ ਗੱਡੀ ਦੇ ਵਿੱਚ ਗਿਫਟ ਰੱਖ ਲਿਆ, ਖਾਣ ਪੀਣ ਵਾਲਾ ਸਮਾਨ ਵੀ ਰੱਖ ਲਿਆ ਜਿਹੜਾ ਤੁਹਾਨੂੰ ਦਿਖਾਇਆ ਸੀ, ਅਤੇ ਹੁਣ ਆਪਾਂ ਬੈਲਟ ਲਗਾ ਲਈ ਆ ਅਤੇ ਆਪਾਂ ਤੁਰਨ ਲੱਗੇ ਹਾਂ ਬੇਟੀ ਦੇ ਘਰ ਨੂੰ। ਅਤੇ ਬਾਕੀ ਜਿਹੜਾ ਹੈਗਾ ਤੁਸੀਂ ਆਪਾਂ ਉੱਥੇ ਪਹੁੰਚ ਕੇ ਜਦੋਂ ਬੇਟੀ ਸਾਰੇ ਗਿਫਟ ਖੋਲ੍ਹੇਗੀ ਫਿਰ ਉਹ ਦੱਸੇਗੀ ਵੀ ਉਹਨੂੰ ਮੰਮੀ ਦਾ ਕੀਤਾ ਹੋਇਆ ਜਿੱਦਾਂ ਪੈਕਿੰਗ ਕਿਵੇਂ ਦੀ ਲੱਗੀ ਹੈਗੀ ਆ। ਬਾਕੀ ਤੁਸੀਂ ਵੀ ਦੱਸਿਓ ਆਪਣੀ ਆਂਟੀ ਨੂੰ, ਕਿਉਂਕਿ ਆਂਟੀ ਨੇ ਤਾਂ ਪਹਿਲੀ ਵਾਰੀ ਪੈਕਿੰਗ ਕੀਤੀ ਹੈਗੀ ਆ। ਅਤੇ ਬਾਕੀ ਸਾਰੇ ਜਾਣੇ ਤੁਸੀਂ ਖੁਸ਼ ਰਹੋ, ਅਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਆਪਣੇ ਆਪਣੇ ਘਰਾਂ 'ਚ ਸੇਫ ਰਹੀ। ਇਹ ਇਹਨਾਂ ਦੇ ਘਰ ਦੀ ਬੈਕਗਰਾਉਂਡ ਪੈ ਜਾਂਦੀ ਆ, ਅਤੇ ਹੁਣ ਇੱਥੋਂ ਰਾਈਟ ਲੈਣੀ ਆ, ਇਹ ਜਿਹੜੀ ਹੁਣ ਕ੍ਰੋਸਿੰਗ ਆ ਰਹੀ ਆ ਇੱਥੋਂ ਰਾਈਟ ਕਰ ਲਓ। ਬੇਟੀ ਦੇ ਘਰ ਜਿਹੜੇ ਹੈਗੇ ਪਹੁੰਚ ਗਏ ਹੈਗੇ ਹਾਂ, ਅਤੇ ਹੁਣ ਆਪਾਂ ਗੱਡੀ ਦੇ ਵਿੱਚੋਂ ਉਤਰਨ ਲੱਗੇ ਹਾਂ, ਅਤੇ ਨਾਲ ਹੀ ਆਪਾਂ ਸਾਰੇ ਜਿਹੜੇ ਹੈਗੇ ਆਪਣੇ ਗਿਫਟ ਜਿਹੜੇ ਹੈਗੇ ਆ ਚੱਕ ਕੇ ਅਤੇ ਹੁਣ ਉਹਨਾਂ ਦੇ ਘਰ ਨੂੰ ਅੰਦਰ ਜਾ ਰਿਹਾ ਜੀ। ਓਕੇ ਜੀ।